21 ਤਰੀਕ ਸ਼ਾਮ ਨੂੰ 6 ਵਜੇ ਦੇ ਕਰੀਬ 6:30 ਵਜੇ ਦੇ ਕਰੀਬ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਇੱਕ ਪੁਤਲੀ ਘਰ ਏਰੀਆ ਦੇ ਵਿੱਚ ਡੇਲੀ ਨੀਡ ਵਾਲੀ ਗਲੀ ਦੇ ਵਿੱਚ ਇੱਕ ਜਿਹੜੀ ਓਲਡ ਲੇਡੀ ਹੈ ਉਹਦਾ ਜਿਹੜਾ ਲੁੱਟ ਦੀ ਨੀਅਤ ਦੇ ਨਾਲ ਮਰਡਰ ਹੋ ਗਿਆ ਉਹ ਸਾਡੇ ਆਪਣਾ SHO ਕੈਂਟ ਔਰ CIA ਦੀ ਟੀਮ ਨੇ ਇਹਨੂੰ ਸੋਲਵ ਕਰ ਲਿਆ। ਇਹਦੇ ਵਿੱਚ ਜਿਹੜੀ ਇੱਕ ਇਹਨਾਂ ਦੇ ਘਰੇ ਮੇਟ ਕੰਮ ਕਰਦੀ ਸੀ ਉਹਦੀ ਸਿਸਟਰ ਜਿਹੜੀ ਹੈ ਉਹਨੇ ਸਾਰਾ ਕਾਰਾ ਕੀਤਾ ਸੀਗਾ। ਮਨਦੀਪ ਕੌਰ ਮੰਨਾ ਉਸਦਾ ਨਾਮ ਹੈ। ਐਕਚੁਅਲੀ ਉਹਨੂੰ ਪੈਸਿਆਂ ਦੀ ਜ਼ਰੂਰਤ ਸੀਗੀ ਔਰ ਇਹਨਾਂ ਕੋਲੋਂ ਪੈਸੇ ਮੰਗਦੀ ਰਹਿੰਦੀ ਹੁੰਦੀ ਸੀ ਅਤੇ ਜਦੋਂ ਇਹਨਾਂ ਦੇ ਘਰੇ ਇੱਕ ਦੋ ਵਾਰ ਆਈ ਹੈ ਤਾਂ ਉਹਨੇ ਦੇਖਿਆ ਵੀ ਇਹਨਾਂ ਦੇ ਕੋਲ ਪੈਸੇ ਵੀ ਹੁੰਦੇ ਨੇ ਔਰ ਕਿੱਥੇ ਰੱਖਦੇ ਨੇ ਬਹਾਨੇ ਨਾਲ ਆਈ ਸੀ। ਔਰ ਉਸ ਤੋਂ ਬਾਅਦ ਦੇ ਵਿੱਚ ਇਹਨੇ ਜਦੋਂ ਪਤਾ ਲੱਗਿਆ ਵੀ ਇਹਦੀ ਸਿਸਟਰ 12 ਵਜੇ ਤੋਂ ਬਾਅਦ ਘਰੇ ਚਲੇ ਜਾਂਦੀ ਹੈ ਅਤੇ 6 ਵਜੇ ਤੱਕ ਜਾਂਦੀ, ਕੋਈ ਘਰੇ ਨਹੀਂ ਹੁੰਦਾ, ਇਹ ਘਰੋਂ 3-wheeler 'ਤੇ ਆਈ ਪਹਿਲਾਂ, ਬੱਸ 'ਤੇ ਚੜ੍ਹ ਕੇ ਫਿਰ ਪੈਦਲ ਆਈ ਕਾਫੀ ਦੂਰ ਤੱਕ। ਔਰ ਉਸ ਤੋਂ ਬਾਅਦ ਇਹਨਾਂ ਦੇ ਘਰੇ ਆ ਕੇ ਇਹਨਾਂ ਨੇ ਲੇਡੀ ਕੋਲ ਪਾਣੀ ਪੂਣੀ ਪੀਤਾ, ਉਹਨੂੰ ਬੜਾ ਪੁਚਕਾਰ ਕੇ ਉਸ ਤੋਂ ਬਾਅਦ ਉਹਨੂੰ ਧੱਕਾ ਮਾਰ ਕੇ ਥੱਲੇ ਸੁੱਟਤਾ ਅਤੇ ਉਹਦਾ ਗਲ ਜਿਹੜਾ ਉਹਦੀ ਚੁੰਨੀ ਨਾਲ ਹੀ ਘੁੱਟ ਕੇ ਉਹਦਾ ਮਰਡਰ ਕਰਕੇ। ਔਰ ਜਿਹੜਾ ਇਹਦੇ ਬਾਹਰ ਵਾਲੇ ਅਲਮਾਰੀ ਦੀ ਚਾਬੀ ਦਾ ਇਹਨਾਂ ਨੂੰ ਪਤਾ ਸੀਗਾ, ਉਹ ਬਾਹਰ ਵਾਲੀ ਦੀ ਚਾਬੀ ਇਹਨਾਂ ਨੇ ਖੋਲ੍ਹ ਕੇ ਅੰਦਰ ਵਾਲਾ ਜਿਹੜਾ ਡਰੋਜ਼ ਸੀਗਾ ਉਹਨੂੰ ਤੋੜ ਕੇ ਉਹਦੇ ਵਿੱਚੋਂ ਇਹਨੇ ਕੁਛ ਨਕਦੀ ਅਤੇ ਤਕਰੀਬਨ 400 ਜਿਹੜਾ ਸਿੱਕੇ ਆ ਚਾਂਦੀ ਦੇ ਉਹ ਚੋਰੀ ਕਰਕੇ ਲੈ ਗਈ ਸੀਗੀ, ਜੋ ਇਹਨੂੰ ਅੱਜ ਬਰਾਮਦ ਕਰ ਲਿਆ। ਜਿਹੜੀ ਤਫਤੀਸ਼ ਕੀਤੀ ਗਈ ਹੈ ਇਹਦੇ ਵਿੱਚ ਇਹ ਇਕੱਲੀ ਹੈ, ਇਹਦੀ ਸਿਸਟਰ ਨੂੰ ਇਹਦੇ ਬਾਰੇ ਨਹੀਂ ਸੀ ਪਤਾ, ਇਕੱਲੀ ਨੇ ਇਹ ਵਾਰਦਾਤ ਕੀਤੀ। ਇਹਦਾ ਹਸਬੈਂਡ ਜਿਹੜਾ ਆ ਉਹ ਇਹਦਾ ਡਾਈਵਰਸ ਹੋਇਆ, ਇਹਦੀ 12-13 ਸਾਲ ਦੀ ਲੜਕੀ ਹੈ ਔਰ ਕਹਿੰਦੀ ਸਾਨੂੰ ਖਰਚੇ ਦੀ ਜ਼ਰੂਰਤ ਹੁੰਦੀ ਸੀ ਜਿਹਦੇ ਕਰਕੇ ਮੈਨੂੰ ਲੋੜ ਸੀਗੀ ਪੈਸੇ।